ਪਰ ਗੱਲ ਸੁਣ ਕਹਿੰਦਾ ਹਾਂ ਉਹ ਕਹਿੰਦੇ ਗੀਤ ਸ਼ਰਾਬਾਂ ਤੇ ਅਸੀਂ ਟੀਵੀ ਤੇ ਦੇਖੇ ਨੇ ਉਹ ਤੁਸੀਂ ਵੱਧ ਪੰਜਾਬ ਵਿੱਚ ਸਕੂਲਾਂ ਤੋਂ ਖੋਲੇ ਠੇਕੇ ਨੇ ਉਹ ਕਹਿੰਦੇ ਗੀਤ ਸ਼ਰਾਬਾਂ ਤੇ ਅਸੀਂ ਟੀਵੀ ਤੇ ਦੇਖੇ ਨੇ ਤੁਸੀਂ ਵੱਧ ਸਕੂਲਾਂ ਤੋਂ ਪੰਜਾਬ 'ਚ ਖੋਲੇ ਠੇਕੇ ਨੇ ਜੋ ਕਰਦੇ ਪੈਸੇ ਲਈ ਨਸ਼ੇ ਦਾ ਕਾਰੋਬਾਰ ਤਾਂ ਬੰਦ ਕਰ ਦੋ ਉਹ ਪੰਡ ਗੀਤ ਵੀ ਹੋ ਜਾਣਗੇ ਪਹਿਲਾਂ ਹਥਿਆਰ ਤਾਂ ਬੰਦ ਕਰ ਦੋ ਗੀਤ ਵੀ ਹੋ ਜਾਣਗੇ ਪਹਿਲਾਂ ਹਥਿਆਰ ਤਾਂ ਬੰਦ ਕਰ ਦੋ ਹੁਣ ਆਪਣੀ ਪੁਲਿਸ ਬਹੁਤ ਭਲੀ ਮਾਨਸਾ ਸਲੂਟ ਇਹਨਾਂ ਨੂੰ ਪਰ ਜੋ ਹੁਕਮ ਹੋ ਇਹਨਾਂ ਨੇ ਪੂਰਾ ਕਰਨਾ ਹੁਕਮ ਇਹ ਹੈ ਵੀ ਕਲਾਕਾਰ ਚੱਕ ਲਓ ਸਾਰੇ ਮੈਂ ਸੱਚੀ ਜੀ ਗੱਲ ਕਹੂੰ ਮੈਂ ਝੂਠ ਨਹੀਂ ਬੋਲਦਾ ਅੱਜ ਇੱਥੇ ਕਿਉਂਕਿ ਰੱਬ ਨੂੰ ਸਾਰਿਆਂ ਨੇ ਜਾਣ ਦੇਣੀ ਹੈ ਮੈਂ ਸੱਚੇ ਪਾਤਸ਼ਾਹ ਤੋਂ ਡਰਦਾ ਹੋਰ ਕਿਸੇ ਦਾ ਕੋਈ ਡਰ ਨਹੀਂ ਕੱਲ ਨੂੰ ਵਿਗੜ ਜੇ ਅੱਜ ਹੈਗਾ ਕੱਲ ਨੂੰ ਨਹੀਂ ਹੈਗਾ ਹਰੇਕ ਬੰਦਾ ਦਾ ਪੀਕ ਹੈ ਹਰੇਕ ਨੇ ਡਿੱਗਣਾ ਮੈਂ ਵੀ ਡਿੱਗ ਜਾਣਾ ਕਿਉਂਕਿ ਮੈਂ ਵੀ ਕਿਸੇ ਨੂੰ ਰਿਪਲੇਸ ਕੀਤਾ ਕੱਲ ਨੂੰ ਮੈਨੂੰ ਵੀ ਕਰਨਾ ਪਰ ਜੋ ਸੱਚ ਹੈ ਤੁਹਾਡੇ ਸਾਹਮਣੇ ਹਰੇ ਗੱਲ ਸੁਣਨ ਵਾਲੀ ਆ ਸੁਣਿਓ ਓ ਚੱਕ ਲੋ ਕਲਾਕਾਰਾਂ ਨੂੰ ਸਾਰੀ ਪੁਲਿਸ ਇਹ ਕਹਿੰਦੀ ਹੈ ਉਹ ਕਿਉਂ ਨੀ ਬੋਲਦੇ ਲੀਡਰਾਂ ਨੂੰ ਉਹ ਤੁਹਾਨੂੰ ਦੰਦਣ ਪੈਂਦੀ ਹੈ ਉਹ ਸੱਚ ਪਤਾ ਹੈ ਤੁਹਾਨੂੰ ਵੀ ਝੂਠ ਪ੍ਰਚਾਰ ਤਾਂ ਬੰਦ ਕਰ ਦੋ ਬੰਦ ਗੀਤ ਵੀ ਹੋ ਜਾਣਗੇ ਪਹਿਲਾਂ ਹਥਿਆਰ ਤਾਂ ਬੰਦ ਕਰ ਦੋ ਹੁਣ ਪਿੱਛੇ ਜੇ ਗੱਲ ਹੋਈ ਸੀ ਕਹਿੰਦੇ ਗੈਂਗਸਟਰ ਬਣਾਉਂਦੇ ਆ ਗੀਤ ਗੈਂਗਸਟਰ ਬਣਾਉਂਦੇ ਆ ਪੱਖ ਰੱਖੇ ਆ ਦੇਖ ਲਓ ਤੁਹਾਨੂੰ ਸਹੀ ਲੱਗੇ ਤਾੜੀ ਮਾਰ ਦਿਓ ਜਿਸ ਨੂੰ ਵਧੀਆ ਲੱਗੇ ਕਹਿੰਦੇ ਹੋਦੇ ਦੇ ਸ਼ਹਿਹਾਂ ਮਾਰਦੇ ਹੋ ਮੋਟੇ ਲੱਖ ਚਲਾਉਂਦੇ ਹੋ ਗੈਂਗਸਟਰ ਗੀਤ ਬਣਾਉਂਦੇ ਨੀ ਹੋ ਤੁਸੀਂ ਆਪ ਬਣਾਉਂਦੇ ਹੋ ਝੂਠੀ ਖਬਰ ਮੁਕਾਬਲੇ ਦੀ ਦੇਵੇ ਜੋ ਅਖਬਾਰ ਤਾਂ ਬੰਦ ਕਰ ਦੋ ਉਹ ਬੰਦ ਗੀਤ ਵੀ ਹੋ ਜਾਣਗੇ ਤੁਸੀਂ ਅਖਬਾਰ ਤਾਂ ਬੰਦ ਕਰ ਦਿਓ ਹਥਿਆਰ ਤਾਂ ਬੰਦ ਕਰ ਦਿਓ ਅਗਲੀ ਗੱਲ ਪਿੱਛੇ ਦੇ ਬਹੁਤ ਰਿਸਪੈਕਟਡ ਪ੍ਰੋਫੈਸਰ ਜੀ ਪੰਡਿਤ ਜੀ ਮੈਨੂੰ ਨਾਮ ਨਹੀਂ ਪਤਾ ਉਹਨਾਂ ਦਾ ਮੇਰਾ ਵਿਰੋਧ ਕਰ ਰਹੇ ਨੇ ਆਪਾਂ ਇੱਜ਼ਤ ਕਰਦੇ ਹਾਂ ਸ਼ਾਂਤਮਈ ਵਿਰੋਧ ਕੀਤਾ ਸਲੂਟ ਹੈ ਜੀ ਤੁਹਾਨੂੰ ਠੀਕ ਹੈ ਜੀ ਮੈਂ ਕਹਿੰਦਾ ਤੁਸੀਂ ਤੁਹਾਡਾ ਹੱਕ ਬਣਦਾ ਤੇ ਮੇਰਾ ਵੀ ਹੱਕ ਬਣਦਾ ਵੀ ਕੁਛ ਕੁ ਗੱਲਾਂ ਮੈਂ ਵੀ ਕਹੂੰਗਾ ਅੱਜ ਕਹਿੰਦਾ ਤਾਮਿਲ ਫਿਲਮਾਂ ਕੌਣ ਕੌਣ ਦੇਖਦਾ ਸਾਊਥ ਤੋਂ ਹੀ ਨੇ ਫਿਲਮਾਂ ਉਹ ਪੰਡਿਤ ਜੀ ਵੀ ਸਾਊਥ ਤੋਂ ਨੇ ਸਰ ਬੰਦ ਕੀਜੀਏ ਬੰਦ ਕੀਜੀਏ ਉਹ ਪੰਜਾਬ 'ਚ ਵੀ ਚੱਲਦੀਆਂ ਬੰਦ ਕੀਜੀਏ ਸਾਹਿਬ ਪੁਲਿਸ ਆ ਗਈ ਹੋਈ ਹੈ ਹੋ ਮੈਂ ਵੀ ਇੱਕ ਮਿੰਟ ਦੇ ਦਿਓ ਜੀ ਪੁਲਿਸ ਤਾਂ ਆ ਗਈ ਇੱਕ ਮਿੰਟ ਮੈਂ ਗੱਲਾਂ ਕਹਿਣੀਆਂ ਹੁਣ 2 ਮਿੰਟ ਰੋਕ ਦਿਓ ਹੋ ਮੈਂ ਵੀ ਮੰਨਦਾ ਪੰਡਿਤ ਜੀ ਤੁਸੀਂ ਪ੍ਰੋਫੈਸਰ ਇਲਮਾਂ ਦੇ ਹੋ ਦੱਸੋ ਕੀ ਸੋਚਦੇ ਹੋ ਬਾਰੇ ਤਾਮਿਲ ਫਿਲਮਾਂ ਦੇ ਜਦਾਂ ਗੱਲ ਨਿਰਪੱਖ ਕਰੋ ਜਾਂ ਵਿਚਾਰ ਹੀ ਬੰਦ ਕਰ ਦੋ ਬੰਦ ਗੀਤ ਵੀ ਹੋ ਜਾਣਗੇ ਤੁਸੀਂ ਹਥਿਆਰ ਤਾਂ ਬੰਦ ਕਰ ਦੋ